ਸਤਿ ਸ਼੍ਰੀ ਅਕਾਲ ਜੀ ਵੀਰ ਸਾਰਿਆਂ ਨੂੰ ਨਵੇਂ ਬਲੌਗ ਵਿੱਚ ਸਵਾਗਤ ਹੈ ਜੀ ਤੁਹਾਡਾ। ਆਪਾਂ ਅੱਜ ਨਾ ਅਰਜਨ ਟਰੈਕਟਰ ਆਇਆ ਆਪਣੇ ਕੋਲ ਜੀ, ਅੱਜ ਤੁਹਾਨੂੰ ਦਿਖਾਉਂਦੇ ਹਾਂ ਗੁਰਦਾਸਪੁਰੀਏ ਗੁਰਦਾਸਪੁਰ ਤੋਂ ਟਰੈਕਟਰ ਆਇਆ ਜੀ ਆਪਣੇ ਕੋਲ, ਅਤੇ ਆਪਾਂ ਇਹਦਾ ਕਰਨਾ ਜੀ ਪਲੇਟਫਾਰਮ। ਇਹਨਾਂ ਨੇ ਆਪਣੇ ਨੈੱਟ 'ਤੇ ਐਡ ਦੇਖੀ ਸੀ ਯੂਟਿਊਬ 'ਤੇ ਜੀ, ਅਤੇ ਆਪਾਂ ਇਸ ਕਰਕੇ ਇਹਦਾ ਬਲੌਗ ਪੂਰਾ ਪਾਵਾਂਗੇ। ਉਹ ਕਹਿੰਦੇ ਬਲੌਗ ਪਾਇਓ ਜੀ ਇਹਦਾ, ਇਹਦੇ ਆਪਾਂ ਕਰਾਂਗੇ ਪਲੇਟਫਾਰਮ ਇੱਥੋਂ ਦੇ ਲੈ ਕੇ ਜੀ ਪੂਰੇ ਐਨ ਪੂਰੇ ਇੱਥੇ ਤੱਕ ਲਾਵਾਂਗੇ, ਇੱਥੇ ਤੱਕ ਲਾ ਕੇ ਟੈਂਕੀ ਕਰਾਂਗੇ ਥੱਲੇ, ਤੁਹਾਨੂੰ ਦਿਖਾਵਾਂਗੇ ਜੀ। ਬਾਕੀ ਟਰੈਕਟਰ ਬਹੁਤ ਵਧੀਆ ਬਣਿਆ ਹੋਇਆ, ਬੰਪਰ ਵੀ ਇਹਦਾ ਬਣਨਾ ਜੀ 3 ਫੁੱਟ ਤੋਂ ਉੱਪਰ ਬਣਾ 2 ਇੰਚ, ਅਤੇ ਟਾਇਰ ਟੱਪਾ ਪਾਇਆ ਬਾਕੀ ਧੋ ਧਵਾਈ ਰਹਿੰਦੀ ਹੈ, ਅਤੇ ਸਾਰਾ ਬਦਲਣਾ ਜੀ ਅਨੰਦਪੁਰ ਸਾਹਿਬ ਜਾਣਾ ਇਹਨਾਂ ਨੇ ਵੀ। ਇਹ ਟਰੈਕਟਰ ਆਪਾਂ 2 ਤਰੀਕ ਨੂੰ ਦੇਣਾ ਜੀ ਉਹਨਾਂ ਨੂੰ, ਕੱਲ੍ਹ ਆਪਣੇ ਕੋਲ ਆਇਆ ਜੀ ਟਰੈਕਟਰ ਜੀ। 200 ਕਿਲੋਮੀਟਰ ਦੇ ਕਰੀਬ ਜਾਣੀ ਵੀ ਇਹਨਾਂ ਨੂੰ ਪਿਆ ਪੈਂਡਾ, ਅਤੇ ਬਾਕੀ ਕਰੋ ਚੈੱਕ ਜੀ ਦੱਸੋ ਕਿੱਦਾਂ, ਅਤੇ ਦੋਨੇ ਸਾਈਡ ਪਲੇਟਫਾਰਮ ਕਰਾਂਗੇ ਅਤੇ ਸਾਰਾ ਤੁਹਾਨੂੰ ਨਾਲ ਦੀ ਨਾਲ ਦਿਖਾਵਾਂਗੇ ਜੀ। ਅਤੇ ਬਾਕੀ ਹਾਂਜੀ ਵੀਰ ਜੀ, ਪਲੇਟਫਾਰਮ ਆਪਾਂ ਖੋਲ੍ਹਣ ਲੱਗ ਗਏ ਜੀ ਟਰੈਕਟਰ ਦੇ ਗੁਰਦਾਸਪੁਰ ਵਾਲੇ ਦੇ ਅਰਜਨ ਦੇ 555 ਅਲਟਰਾ, ਅਤੇ ਪਲੇਟਫਾਰਮ ਖੋਲ੍ਹਦੇ ਹਾਂ ਦੋਨੇ ਸਾਈਡਾਂ ਦੇ, ਫਿਰ ਆਪਾਂ ਕਰਾਂਗੇ ਸ਼ੁਰੂ, ਫਿਰ ਦਿਖਾਉਂਦੇ ਹਾਂ ਜੀ ਤੁਹਾਨੂੰ ਨਾਲ ਦੀ ਨਾਲ ਦੋਨੇ ਸਾਈਡਾਂ ਦੀ ਖੋਲ੍ਹ ਦੇਣਾ। ਅਤੇ ਆਹ ਰੇਸ ਲੱਗ ਗਈ ਹੈ ਜੀ, ਰੇਸ ਦਾ ਦੇਖਦੇ ਹਾਂ, ਰੇਸ ਚੱਕੀਏ ਕਿ ਨਾ ਉਹ ਦੇਖਾਂਗੇ ਮੌਕਾ, ਬੈਟਰੀ ਥੱਲੇ ਕਰਾਂਗੇ। ਅਤੇ ਤੋ ਨਾਲ ਦੀ ਨਾਲ ਵੀਰ ਜੀ ਅਰਜਨ ਦਾ ਕੰਮ ਸ਼ੁਰੂ ਹੋ ਗਿਆ ਜੀ ਆਪਣਾ, ਆਪਾਂ ਪਲੇਟਾਂ ਬੈਂਡ ਕਰ ਲਈਆਂ ਜੀ, ਦੇਖੋ ਪ੍ਰੈਸ 'ਤੇ ਹੁਣ ਆਪਾਂ ਇਹ ਫਿੱਟ ਕਰਾਂਗੇ, ਇੱਥੇ ਤੁਹਾਨੂੰ ਦਿਖਾਉਂਦੇ ਹਾਂ ਜੀ ਨਾਲ ਦੀ ਨਾਲ। ਅਤੇ ਅਰਥ ਵਗੈਰਾ ਲੱਗ ਚੁੱਕਿਆ ਵਾ ਜੀ, ਅਤੇ ਇਹ ਆਪਾਂ ਲਾਵਾਂਗੇ ਇਸ ਤਰੀਕੇ ਜੀ, ਉਹ ਫਿੱਟ ਕਰਕੇ ਫਿਰ ਤੁਹਾਨੂੰ ਦਿਖਾਉਂਦੇ ਹਾਂ ਜੀ ਅੱਗੇ ਲਾ ਕੇ ਇਕੱਠੀਆਂ ਕਰਦੇ ਹਾਂ, ਟੈਂਕੀ ਥੱਲੇ ਕਰ ਦੇਣੀ ਆ। ਕੰਮ ਚੱਲ ਪਿਆ ਜੀ, ਤਰੀਕ ਹੋ ਗਈ 27 ਅੱਜ, ਅਤੇ ਬਸ ਹੁਣ ਕੰਮ ਇਹਦਾ ਖਿੱਚ ਦੇਣਾ ਜੀ ਆਪਾਂ ਰੈਗੂਲਰ, ਉਸ ਤੋਂ ਬਾਅਦ ਫਿਰ ਉਹਨੂੰ ਲੱਗਣਾ ਜੀ। ਚਲੋ ਮਿਲਦੇ ਹਾਂ ਜੀ ਫਿਰ ਅੱਗੇ। ਹਾਂਜੀ ਵੀਰ ਜੀ, ਆਪਾਂ ਦੇਖੋ ਪਲੇਟਫਾਰਮ ਅਰਜਨ ਦਾ ਲੱਗਿਆ ਕਾਰਨ ਤੁਹਾਨੂੰ ਪਤਾ ਦਿਖਾਇਆ ਸੀ ਅੱਗੇ ਆਪਾਂ, ਅਤੇ ਹੁਣ ਆਪਾਂ ਇਹਦੇ 'ਤੇ ਲਾਈਆਂ ਪੌੜੀਆਂ ਜੀ। ਪੌੜੀਆਂ ਦੇਖੋ ਜੀ, ਇੱਥੇ ਲਿਖਿਆ ਅਰਜਨ, ਇੱਥੇ ਲਿਖਿਆ ਬੈਲੀ, ਅਰਜਨ ਬੈਲੀ ਲਿਖਵਾਇਆ ਇਹਨਾਂ ਨੇ, ਕਹਿ ਕੇ ਵੀ ਇਹ ਲਿਖਣਾ ਵਾ। ਅਤੇ ਬਸ ਅੱਜ ਸ਼ੀਟ ਲਾ ਦਾਂਗੇ ਹੁਣ ਆਪਾਂ ਇਹਦੇ ਉੱਪਰ, ਸ਼ੀਟ ਲਾ ਕੇ ਪੈਡਲ ਉੱਚੇ ਕਰ ਦਾਂਗੇ ਜੀ। ਅਤੇ ਬਾਕੀ ਅੱਗਾ 3 ਸਪੀਡ ਵਾਲਾ ਗੇਅਰ ਲੱਗਿਆ ਵਾ, ਉਹ ਪਿਆ ਥੱਲੇ, ਉਹ ਵੀ ਆਪਾਂ ਫਿੱਟ ਕਰਨਾ ਇਹਦੇ ਨਾਲ, ਪਹਿਲਾਂ ਲਵਾਇਆ ਹੋਇਆ ਇਹਨਾਂ ਦਾ। ਅਤੇ ਬਾਕੀ ਪਲੇਟਫਾਰਮ ਦੇਖੋ, ਐਨ ਟੈਂਕੀ ਦੇ ਬਰਾਬਰ ਤੱਕ ਐਨ ਤੱਕ ਲਿਆਂਦਾ, ਅਤੇ ਬਾਕੀ ਦੱਸਿਓ ਕਿੱਦਾਂ ਲੱਗਿਆ। ਹਾਂਜੀ ਵੀਰ ਜੀ, ਲੋ ਕਰੋ ਦੂਸਰੀ ਸਾਈਡ ਚੈੱਕ, ਅਰਜਨ ਬੈਲੀ, ਰੇਤ ਪੈਰ ਵਾਲੀ ਇਹੀ ਰੱਖਣੀ ਆ ਜੀ ਆਪਾਂ ਇੱਥੇ, ਬਾਕੀ ਹਾਲੇ ਕੋਈ ਪਤਾ ਨਹੀਂ ਕਦੋਂ। ਹਾਂਜੀ ਲੋ ਵੀਰ ਜੀ, ਇੱਧਰ ਵਾਲੀ ਸਾਈਡ ਦੇਖੋ, ਇਹ ਵੀ ਤਿਆਰ ਆ, ਬੈਟਰੀ ਬਾਕਸ ਵੀ ਲੱਗ ਚੁੱਕਿਆ ਜੀ, ਸਾਰਾ ਓਕੇ ਆ, ਪੈਡਲ ਉੱਚਿਆਂ ਨੂੰ ਜੋੜ ਪਾ ਤਾ, ਹੁਣ ਗਰੈਂਡਰ ਕਰਾਂਗੇ ਪੈਡਲਾਂ ਨੂੰ, ਅਤੇ ਬਾਕੀ ਹੁਣ ਸਾਰਾ ਕੁਝ ਖੋਲ੍ਹ ਕੇ ਆਪਾਂ ਰੰਗ 'ਤੇ ਆ ਜੀ, 555 DI ਮਹਿੰਦਰਾ, ਅਤੇ ਬੈਟਰੀ ਬਾਕਸ ਵੀ ਡਾਊਨ ਕਰਤਾ ਜੀ, ਇੱਥੇ ਪੂਰਾ ਸਹੀ ਖੁੱਲ੍ਹਦਾ ਵਾ। ਅਤੇ ਹੁਣ ਆਪਾਂ ਬਸ ਇਹਦੀਆਂ ਰੰਗ ਕਰਕੇ ਗਰੈਂਡ ਕਰਕੇ ਬਸ ਫਿਰ ਉਹ ਫਾਈਟਿੰਗ ਕਰ ਦੇਣੀ ਆ, ਅਤੇ ਸਵੇਰੇ ਤੜਕੇ ਲੈ ਜਾਣਾ ਇਹਨਾਂ ਨੇ 555। ਅਤੇ ਅਰਜਨ ਬੈਲੀ ਲੋਗੋ ਲੱਗ ਗਏ ਜੀ, ਉਹ ਸਪੋਰਟ ਪਾ ਦਿੱਤੀ ਜੀ ਪੌੜੀ ਨੂੰ, ਬਸ ਲੋੜ ਨਹੀਂ ਜੀ ਸਪੋਰਟ ਪਾ ਦੀ, ਮੈਂ ਕਈ ਵਾਰ ਧੱਕਾ ਧੁੱਕਾ ਹੋ ਜਾਂਦਾ ਵਾ। ਬੈਟਰੀ ਬਾਕਸ 3 ਇੰਚ ਨੀਵਾਂ ਕਰਤਾ ਜੀ, ਅਤੇ ਬਾਕੀ ਦੱਸਿਓ ਕਿੱਦਾਂ ਲੱਗਿਆ ਜੀ ਕੁਆਲਿਟੀ, ਅਤੇ ਬਾਕੀ ਰੰਗ ਦੀ ਵੀਡੀਓ ਪਾਉਂਦੇ ਹਾਂ ਜੀ ਨਾਲ ਹੀ। ਚਲੋ ਮਿਲਦੇ ਹਾਂ ਜੀ ਫਿਰ, ਦੂਸਰੀ ਸਾਈਡ ਵੀ ਦਿਖਾਉਂਦੇ ਹਾਂ ਜੀ ਤੁਹਾਨੂੰ। ਵੀਰ ਜੀ ਦੇਖੋ, ਹੋ ਗਿਆ ਤਿਆਰ ਪਲੇਟਫਾਰਮ, ਰੰਗ 'ਤੇ ਆ ਜੀ ਗਰੈਂਡਰ ਕਰਕੇ, ਟੈਂਕੀ ਥੱਲੇ ਲਾਤੀ ਆਪਾਂ ਇਹਦੇ, ਟੈਂਕੀ ਥੱਲੇ ਵੜਤੀ, ਪਹਿਲਾਂ ਇੱਥੇ ਲੱਗੀ ਸੀ ਮੂਹਰੇ, ਅਤੇ ਆਪਾਂ ਚੱਕ ਕੇ ਥੱਲੇ ਲਾਤੀ ਜੀ। ਅਤੇ ਦੱਸਿਓ ਕਿੱਦਾਂ ਲੱਗਿਆ ਕੁਆਲਿਟੀ, ਲਓ ਜੀ ਰੰਗ ਹੋ ਗਿਆ ਸ਼ੁਰੂ ਉੱਪਰਲੀ ਸਾਈਡ 'ਤੇ, ਦੱਸੋ ਕੁਆਲਿਟੀ ਕਿੱਦਾਂ ਲੱਗੀ ਤੁਹਾਨੂੰ ਦੇਖੋ। ਅਤੇ ਬਾਕੀ ਆਪਣਾ ਇੱਧਰਲੀ ਸਾਈਡ ਵੀ ਦੇਖੋ ਆ ਵੀ, ਅਤੇ ਬਾਕੀ ਪੌੜੀਆਂ ਆ ਪਈਆਂ ਨੇ, ਆਪਾਂ ਕਰਦੇ ਹਾਂ ਜਸ ਤੁਹਾਨੂੰ ਦਿਖਾਉਂਦੇ ਹਾਂ ਫਿਰ ਫਿੱਟ ਕਰਕੇ ਦੱਸੋ। ਹਾਂਜੀ ਵੀਰ ਜੀ, ਸਾਰਾ ਰੰਗ ਫਾਈਨਲ ਹੋ ਗਿਆ ਜੀ, ਪੌੜੀਆਂ ਵੀ ਹੋ ਗਈਆਂ ਆਪਣੇ, ਲੀਵਰ ਪੈਰ ਵਾਲੀ ਰੇਸ ਅਤੇ 3 ਸਪੀਡ ਵਾਲਾ ਲੀਵਰ ਉਹ ਵੀ ਰੰਗ ਹੋ ਚੁੱਕਿਆ ਜੀ, ਪੌੜੀਆਂ ਵੀ ਰੰਗ ਹੋ ਗਈਆਂ, ਸਾਰਾ ਕੰਪਲੀਟ ਹੋ ਗਿਆ ਜੀ। ਅਤੇ ਹੁਣ ਫਿੱਟ ਕਰਦੇ ਹਾਂ, ਫਿਰ ਫਿੱਟ ਕਰਕੇ ਸਾਰਾ ਦਿਖਾਉਂਦੇ ਜੀ ਤੁਹਾਨੂੰ ਓਕੇ ਕਰਕੇ। ਵੀਰ ਜੀ ਆਪਣਾ ਨਾ ਅਰਜਨ ਪੂਰਾ ਤਿਆਰ ਹੋ ਗਿਆ ਵਾ, ਦੇਖੋ ਕਰੋ ਚੈੱਕ, ਉੱਥੇ ਤੱਕ ਹੀ ਬਣਦਾ ਜੀ, ਉਦੋਂ ਉੱਚਾ ਸਟੈਪ ਹੁੰਦਾ ਵਾ, ਇੱਥੇ ਤੱਕ ਬਣਦਾ ਵਾ, ਲੈਦਰ ਡਰੰਮ ਆ ਜਾਂਦੇ ਆ, ਦੇਖੋ ਕਰੋ ਚੈੱਕ ਜੀ। ਗੁਰਦਾਸਪੁਰ ਤੋਂ ਟਰੈਕਟਰ ਆਇਆ ਜੀ, ਡੇਰਾ ਬਾਬਾ ਨਾਨਕ ਸਾਈਡ, ਅਤੇ ਆਪਣੇ ਵੀਰ ਜੀ ਉਹਨਾਂ ਦਾ, ਅਤੇ ਦੇਖੋ ਸਾਰਾ ਚੈੱਕ ਕਰੋ ਜੀ, ਅਤੇ ਸਟੈਪ ਅਤੇ ਰੇਸ ਪੈਰ ਵਾਲੀ ਇੱਥੇ ਆ ਗਈ, ਅਤੇ ਬਾਕੀ ਅਰਜਨ ਬੈਲੀ ਬੈਟਰੀ ਡਾਊਨ ਕਰਤੀ ਜੀ, ਆਪਣਾ ਨੰਬਰ ਆ ਜੀ ਜੋਧਾਂ ਤੋਂ। ਅਤੇ ਬਾਕੀ ਹੋਰ ਦੱਸਿਓ ਕਿੱਦਾਂ, ਅਤੇ ਅੱਗੇ ਆਪਾਂ ਹੋਰ ਵੀ ਕਰਿਆ ਤੁਹਾਨੂੰ ਇੱਧਰਲੀ ਸਾਈਡ ਦਿਖਾਉਂਦੇ ਹਾਂ, ਆਹ ਦੇਖੋ ਆਹ ਦੂਸਰੀ ਸਾਈਡ ਟੈਂਕੀ ਆਪਾਂ ਥੱਲੇ ਕਰਤੀ ਭਾਅ ਜੀ, ਅਤੇ ਆਹ 3 ਸਪੀਡ ਗੇਅਰ ਲੱਗਿਆ ਆ, ਇਹਦਾ ਵੀ ਉੱਥੇ ਖੱਡਾ ਮਾਰਿਆ, ਦੇਖੋ ਕਿੱਦਾਂ ਲੱਗਿਆ ਦੂਰੋਂ। ਅਤੇ ਬਾਕੀ ਇਹਦੇ ਆਪਾਂ ਰੈਮ ਬਲੈਕ ਕਰਿਆ, ਸਪਿਨਰ ਲੱਗਣੇ ਇਹਦੇ ਵਿੱਚ,
दोनों साइड स्पिनर लगने ता करके ब्लैक करे ने। तो बाकी तुम दस्यो कि बनया ट्रैक्टर जी कमेंटा के बच्चे। तो ग्रे ये नाल दा रंग किया थोड़ा जहा रंग वो थोड़ा होर तरीके का थोड़ा जहा उन्नी की फर्क आ जाने कि थोड़ा जहाँ छेती है फिर मार देंगे। तो बाकी चल के हीट होया धोने वाला भी है ट्रैक्टर थोड़ा जानी उन्नी की हैगा फर्क। तो बाकी दस्यो कि बनया दूसरी साइड भी तुम दिखाई है देखो करो चैक। तो हमने जान लगे भीरे होनी उतों आए थे जी हमने तोरन लगे ने उत्थे ते अपने गुरदासपुर तो सवेरे आ गई साजरे रात ट्रैक्टर तैयार हो गया सीगा जी। तो आप हम इन भीर जी उन्होंने ट्रैक्टर दे देना जी। बाकी इन्होंने बंपर उत्ते तैयार पिया कसना वा रंधावा जी। बाकी देखो किदां बनया सारा करो चैक। फिर इधरला रैम भी ब्लैक करया ते बाकी स्टेयरिंग व्हील भी चेंज किया जी। तो सेंटर गेयर आ जी ये 555 वा। तो गुरदासपुर तो इन्होंने अपनी यूट्यूब ते ऐड देखी सी जी। तो उत्तों फिर भीर जी उन्होंने नंबर लैके फोन कराया भीर जी होनी बड़े भीर जी होनी बाहर रहते हैं तो उत्तों उन्होंने संपर्क करया अपने नाल। तो आप फिर इन्हों तैयार करता तो बस हुण अज चलिया जी होले महल्ले जाना जी। इन्होंने होले महल्ले जाके हम इन्होंने डैक लोड करवाना जी। तो इन्होंने फगवाड़े होके जाना वा अपने भीर को जी एन वाले को तो स्पिनर लगने जी इतने। तो बाकी दस्यो जी कमेंटा च कि बनया प्लेटफॉर्म आरजन का पूरा एन थले तक पूरा टेंकी तक हीट गार्ड नहीं इन्होंने लवाए है कहते हीट गार्ड नहीं लाने इस तरह ही रखना आए भी वधिया लगता। तो बाकी दस्यो जी कि लगे चलो जब तक मिलते हैं अगले ब्लॉक से थोनू। तो बाकी देखो ट्रैक्टर करो चैक दोनों साइडा ओके है जी। बाकी रील पावे जी यदि दस्यो फिर कि लगे चलो मिलते हैं जी फिर अगले ब्लॉक सत श्रीकाल जी सारे। तो बस हम पूरा रेडी है जी चलो मिलते हैं जी।